ਵੱਧ ਨਸ਼ਾ ਲੈਣ ਦੇ ਨਾਲ 21 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇਸ ਇਲਾਕੇ ਦੇ ਵਿੱਚ ਧੜੱਲੇ ਦੇ ਨਾਲ ਨਸ਼ਾ ਵਿਕ ਰਿਹਾ, ਪਰ ਤਸਕਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਤਸਕਰ ਦੇ ਖਿਲਾਫ 304 ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਮਾਮਲਾ ਤਰਨ ਤਾਰਨ ਦੇ ਪਿੰਡ ਕੋਟ ਜਸਪਤ ਤੇਜਾ ਸਿੰਘ ਵਾਲਾ ਦਾ ਹੈ। ਪੁਲਿਸ ਨੇ ਪਿੰਡ ਪਲਾਸੌਰ ਨਿਵਾਸੀ ਲਖਵਿੰਦਰ ਸਿੰਘ ਦੇ ਖਿਲਾਫ ਪਰਚਾ ਦਰਜ ਕੀਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਥੋਮਸ ਮਜ਼ਦੂਰੀ ਕਰਦਾ ਸੀ, ਜੋ ਵੀ ਪੈਸੇ ਉਸ ਨੂੰ ਮਿਲਦੇ ਸੀ ਉਸ ਦਾ ਨਸ਼ਾ ਖਰੀਦ ਲੈਂਦਾ ਸੀ। ਬੀਤੇ ਦਿਨ ਉਸਦੇ ਵੱਲੋਂ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਨਸ਼ਾ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ, ਔਰ ਦੂਜੇ ਬੰਨੇ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ। ਨਸ਼ਾ ਕਿੱਥੋਂ ਲਿਆਇਆ, ਕਿੱਥੋਂ ਨਹੀਂ ਲਾਇਆ, ਟੀਕਾ ਗਲਤ ਲੱਗ ਗਿਆ ਵਾ, ਤੇ ਪਤਾ ਨੀ ਕੀ ਬਣਿਆ ਉਹਦੇ ਨਾਲ ਕੀ ਨਹੀਂ, ਤੇ ਜੇ ਗਮੋਚ ਵਗੀ ਜਾਂਦੀ ਆ ਤੇ ਅਸੀਂ ਮੁੜ ਕੇ ਸਾਨੂੰ ਕਿਸੇ ਨੇ ਸੁਣਾ ਦਿੱਤਾ, ਫੋਨ ਕੀਤਾ ਤੇ ਅਸੀਂ ਜਾ ਕੇ ਦਵਾ ਦਵਾ ਲੈ ਆਏ ਗੱਡੀ ਤੇ ਪਾ ਕੇ, ਅਸੀਂ ਮੁੜ ਕੇ ਸ਼ਹਿਰ ਖੜਿਆ। ਨਸ਼ੇ ਬਥੇਰੇ ਚੱਲਦੇ ਆ ਭਾਜੀ, ਹੁਣ ਆਪਾਂ ਕਿਹੜਾ ਮਗਰ ਮਗਰ ਬੱਚੇ ਦੇ ਜਾ ਕੇ ਵੇਹਨੇ ਆ, ਘਰੋਂ ਤੇ ਕੰਮਾਂ ਤੇ ਘੱਲੀ ਦਾ, ਇਹ ਥੋੜੀ ਪਤਾ ਕਿੱਥੋਂ ਨਸ਼ਾ ਕਰਦੇ ਕਿੱਥੋਂ ਨਹੀਂ ਕਰਦੇ। ਲਿਆ ਕੇ ਟੀਕਾ ਤੇ ਉੱਥੇ ਮੜੀਆਂ ਦੇ ਵਿੱਚ ਜਾ ਕੇ ਲਾ ਲਿਆ। ਹਾਂਜੀ, ਥੋਮਸ ਦਿਹਾੜੀ ਤੇ ਆਪਾਂ ਕਰਦਾ ਸੀ, ਦਿਹਾੜੀ ਕਰਦਾ ਸੀ, 2-400 ਰੁਪਿਆ ਸਾਨੂੰ 300 ਦੇ ਦਿੰਦਾ ਸੀ, ਬਾਕੀ ਆਪਣੇ ਕੋਲ ਹੀ ਰੱਖਦਾ ਸੀ, ਤੇ ਸਾਨੂੰ ਸਾਡੇ ਤੋਂ ਪੈਸੇ ਮੰਗਦਾ ਸੀ। ਕਿੱਥੋਂ, ਤੁਹਾਨੂੰ ਪਤਾ ਗਰੀਬ ਹੈਗੇ, ਕਿੱਥੋਂ ਦੇਣ ਜੋਗੇ ਆ, ਨਸ਼ਿਆਂ ਵਾਸਤੇ ਕਿੱਥੋਂ ਦਈਏ, ਰੋਟੀ ਨੀ ਮਹਾਂ ਪੂਰੀ ਆਉਣ ਡਈ ਸਾਡੇ ਤੋਂ, ਤੇ ਨਸ਼ੇ ਜੇਦ ਦੇ ਨਾਲ ਹੀ ਆਂਦਾ ਮੈਂ ਤੁਹਾਨੂੰ ਪੈਸਾ ਦੇਣਾ ਨੀ ਕੋਈ, ਮੈਂ ਆਪਣੇ ਜੋਗੇ ਕਮਾਉਣਾ, ਅਸੀਂ ਆਖਾਂ ਵਿਹਲਾ ਬਹਿ ਕੇ ਘਰੇ ਰਹਿ ਵਾ, ਅਸੀਂ ਤੈਨੂੰ ਰੋਟੀ ਮਾੜੀ ਚੰਗੀ ਖਵਾ ਲਾਂਗੇ, ਪਰ ਨਾ ਕੰਮ ਤੇ ਆਂਦਾ ਮੈਂ ਜਾਣਾ ਵਾ, ਮੈਂ ਆਪਣੇ ਨਸ਼ੇ ਕਰਨੇ ਕਰਨੇ ਪੂਰੇ। ਨਸ਼ੇ ਦੇ ਲੋਰ ਦੇ ਵਿੱਚ ਹੀ ਤੁਸੀਂ ਆਹ ਨੀ ਕੰਮ ਕੀਤਾ, ਤੁਸੀਂ ਆਹ ਨੀ ਕੀਤਾ, ਅਸੀਂ ਆਉਣਾ ਪੁੱਤ, ਤੂੰ ਹੁਣ ਅੱਖਾਂ ਤੇਰੀਆਂ ਜਗਣ ਡੀਆਂ, ਸਾਨੂੰ ਪਤਾ ਵਾ ਤੂੰ ਨਸ਼ਾ ਕਰਕੇ ਆਇਆ, ਨਹੀਂ ਲੜਦਾ ਨੀ ਸਾਡੇ ਗਾੜੀ, ਕਦੀ ਬੋਲਿਆ ਨੀ, ਅਸੀਂ ਬਥੇਰਾ ਝਿੜਕਦੇ ਹਾਂ ਦੋਵੇਂ ਜੀ, ਅਸੀਂ ਤੈਨੂੰ ਰੋਟੀ ਨੀ ਦੇਣੀ, ਅਸੀਂ ਧਮਕੀਆਂ ਦਿੰਦੇ ਹਾਂ ਬਥੇਰੀਆਂ ਵੀ ਇਹ ਨਸ਼ਾ ਛੱਡ ਜੂਗਾ, ਪਰ ਨਸ਼ਾ ਨੀ ਸੀ ਉਹ ਛੱਡਦਾ, ਪਤਾ ਨੀ ਹੁਣ ਕਿੱਥੋਂ ਵੈਰ ਲੱਗ ਗਏ ਤੇ ਕਿੱਥੋਂ ਨਹੀਂ। ਮੈਂ ਤੇ ਨਹਾਉਣ ਡਿਆ ਸਾਮੀ, ਤੇ ਮੈਨੂੰ ਫੋਨ ਆਇਆ ਕਿਸੇ ਮੁੰਡੇ ਨੇ ਵੇਖਿਆ ਜਾ ਕੇ ਵੀ ਇੱਥੇ ਤੁਹਾਡਾ ਮੁੰਡਾ ਡਿੱਗਾ ਪਿਆ ਜੇ, ਉਹ ਮੜੀਆਂ ਚ ਮੈਂ ਚੁੱਕ ਕੇ ਲਿਆਂਦਾ, ਮੂੰਹ ਚੋਂ ਝਿੱਗ ਵਗਦੀ ਉਹਦੇ 21 ਸਾਲਾਂ ਦਾ। ਰੱਬ ਹੀ ਜਾਣਦਾ ਜੀ, ਓਦਾਂ ਇਹਨਾਂ ਸਾਨੂੰ ਦੱਸਿਆ ਵੀ ਅਸੀਂ ਪੜਾ ਹੋਰੋਂ ਲੈ ਆਉਣੇ, ਸਾਨੂੰ ਇਹ ਨੀ ਪਤਾ ਵੀ ਲਿਆਉਂਦੇ ਕਿੱਥੋਂ। ਕਿੰਨੇ ਭਰਾ ਨੇ? ਹਾਂਜੀ, 4 ਭਰਾ ਜੀ। ਭੈਣ ਇੱਕ ਆ, ਕੁਵਾਰਾ ਹੀ ਮੁੰਡਾ? ਕੁਵਾਰਾ ਜੀ, 21 ਸਾਲਾਂ ਦਾ ਮੁੰਡਾ ਜੀ। ਪਿੰਡ ਕੋਟ ਜਸਪਾ ਤੇਜਾ ਸਿੰਘ ਵਾਲਾ। ਕੀ ਗੱਲ ਹੋਈ ਇਸ? ਗੱਲ ਹੋਈ ਆ ਵੀ ਇਹ ਕਿ ਇਹਨਾਂ ਲਿਆਂਦੀ ਆ ਪਲਾਸਟਰ ਸਮੈਕ ਲਿਆਂਦੀ, ਕਿੱਦਾਂ ਕੀ ਲਿਆ, ਕੀ ਯਾਰ ਲਿਆਂਦਾ ਵਾ, ਉਹ ਵਿੱਚ ਲਿਆ ਕੇ ਤੇ ਇਹਨਾਂ ਦੋ ਤਿੰਨ ਮੁੰਡਿਆਂ ਲਿਆ ਕੇ ਤੇ ਉੱਥੋਂ ਲਿਆਦਾ ਪਲਾਸਟਰ, ਉੱਥੇ ਲਿਆ ਕੇ ਮੁੜਕੇ ਕਦੇ ਲਾਇਆ ਲਿਆ, ਭਾਵੇਂ ਲੱਗਾ ਕਿ ਨਹੀਂ ਲੱਗਾ, ਕੀ ਯਾਰ ਕਿ ਵਿਚਾਰਾ ਉੱਥੇ ਜਾ ਕੇ ਮਰ ਗਿਆ, ਸਾਨੂੰ ਸਲਾਹ ਮਿਲਿਆ ਵਾ ਵੀ ਤੁਹਾਡਾ ਮੁੰਡਾ ਉੱਥੇ ਮੜੀਆਂ 'ਚ ਪਿਆ ਵਾ। ਉੱਥੋਂ ਫਿਰ ਮੇਰੇ ਮੁੰਡੇ ਮੈਨੂੰ ਕੀਤਾ ਫੋਨ ਵੀ ਧੋਨੀ ਉੱਥੇ ਪਿਆ ਵਾ, ਮੁੜ ਕੇ ਫਿਰ ਮੈਂ ਇਹਨਾਂ ਨੂੰ ਦੱਸਿਆ ਵਾ, ਫਿਰ ਮੁੜ ਕੇ ਫਿਰ ਗੱਡੀ ਖੜ ਕੇ ਤੇ ਫਿਰ ਉੱਥੋਂ ਲਿਆਦਾ ਲੱਗ ਕੇ ਮੁੜ ਕੇ ਸ਼ਹਿਰ ਖੜਿਆ ਵਾ, ਤੇ ਸ਼ਹਿਰ ਜਾ ਕੇ ਮੁੜ ਕੇ ਖਾਣੀ 12-1-2 ਵਜੇ ਝਿੱਗ ਮੂੰਹ 'ਚ ਵਗੀ ਗਈ ਆ,
ਜਿੰਨਾ ਚਿਰ ਮਰੇ ਦੇ ਮੂੰਹ ਦੇ ਵਿੱਚੋਂ ਵੀ ਝੱਗ ਵਗੀ ਗਈ ਆ ਸਰੀਰ ਦੇ ਵਿੱਚੋਂ ਵੀ, ਪਤਾ ਨੀ ਕਿਹੋ ਜਿਹਾ ਜ਼ਹਿਰ ਆ। ਸਰਿੰਜ ਲਾਈ? ਹਾਂ ਸਰਿੰਜ ਦਾ ਹੀ ਆ। ਨਸ਼ੇ ਨੁਸ਼ੇ ਕਿਸ ਤਰ੍ਹਾਂ ਨਾ? ਹਾਂਜੀ ਨਸ਼ਾ ਵੇਖਦਾ ਹੀ ਹੈ? ਨਸ਼ਾ ਇੱਥੇ ਨਹੀਂ, ਨਸ਼ਾ ਪਲਾਸ ਸੋਰੋਂ ਲਿਆਉਂਦੇ ਆ। ਅੱਛਾ, ਪਲਾਸ ਸੋਰ ਵੇਚਦਾ, ਸਰਿਆਂ ਵੇਖਦਾ। ਚਾਹੀਦਾ ਸਰਕਾਰ ਨੂੰ ਕਿ ਜਿਹੜੇ ਸਰਕਾਰੀ ਦਾ ਜਿਹੜੇ ਮੁੰਡੇ ਨਸ਼ਾ ਵੇਚਦੇ ਉਹਨਾਂ ਦੇ ਆਪਦੀ ਜਿਹੜੀ ਕਾਰਵਾਈ ਕਰਨੀ ਚਾਹੀਦੀ ਹੈ, ਮੁੰਡੇ ਜਿਹੜੇ ਦਾਖਲ ਵੀ ਕਰਾਉਣੇ ਚਾਹੀਦੇ ਆ। ਹਾਂਜੀ। ਮਿਤੀ 28/6/24 ਨੂੰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਥੋਮਸ ਸਿੰਘ ਪੁੱਤਰ ਨੀਤੂ ਸਿੰਘ ਵਾਸੀ ਕੋਟ ਜਸਬਤ ਰਾਏ ਦੀ ਨਸ਼ੇ ਨਾਲ ਮੌਤ ਹੋਣ ਬਾਰੇ ਜ਼ਿਕਰ ਕੀਤਾ ਗਿਆ ਸੀ। ਇਹ ਇਨਫੋਰਮੇਸ਼ਨ ਮਸੂਲ ਹੋਣ 'ਤੇ ਤੁਰੰਤ ਹੀ ਥੋਮਸ ਸਿੰਘ ਦੇ ਘਰ SHO ਸਾਹਿਬ ਗਏ ਅਤੇ ਜਾਂਦਿਆਂ ਨੂੰ ਥੋਮਸ ਸਿੰਘ ਦਾ ਉਹਦੇ ਘਰ ਵਾਲਿਆਂ ਨੇ ਸੰਸਕਾਰ ਕਰ ਦਿੱਤਾ ਸੀ ਅਤੇ ਪੁਲਿਸ ਨੂੰ ਕੋਈ ਵੀ ਬਿਆਨ ਨਹੀਂ ਦਿੱਤਾ ਸੀ, ਨਾ ਦੇਣ ਵਾਸਤੇ ਰਾਜ਼ੀ ਸਨ। ਫਿਰ ਜਿਸਨੇ ਵੀਡੀਓ ਵਾਇਰਲ ਕੀਤੀ ਸੀ ਉਸਦਾ ਕੰਟੈਕਟ ਕਰਕੇ ਬਲਵਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਕੋਟ ਜਸਬਤ ਰਾਏ ਦਾ ਬਿਆਨ ਹਾਸਲ ਕਰਕੇ ਦੋਸ਼ੀ ਲਖਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਲਾਸੌਰ ਦੇ ਬਰਖਿਲਾਫ਼ FIR ਨੰਬਰ 72 ਜ਼ੇਰੇ ਧਾਰਾ 304 IPC ਦਰਜ ਕੀਤਾ ਗਿਆ ਅਤੇ ਉਸਨੂੰ ਅੱਜ ਸਵੇਰੇ ਰੇਡ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਫਾਰਵਰਡ ਬੈਕਵਰਡ ਲਿੰਕ ਪਤਾ ਕਰਕੇ ਸੰਬੰਧਿਤ ਦੋਸ਼ੀਆਂ ਦੇ ਬਰਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।